ਮੇਰੇ ਲਈ ਆਮ ਆਦਮੀ ਪਾਰਟੀ ਸਰਵਉੱਚ ਪਾਰਟੀ ਹੈ। ਪਾਰਟੀ ਦੀ ਬਿਹਤਰੀ ਲਈ, ਪੰਜਾਬ ਦੀ ਬਿਹਤਰੀ ਲਈ ਮੈਂ ਮੈਡਮ ਹਰਬੰਸ ਕੌਰ ਡੁੱਲੋ ਜੀ ਨਾਲ ਬਿਲਕੁਲ ਸਹਿਮਤ ਹਾਂ। ਇਲੈਕਸ਼ਨ ਮੈਂ ਹੀ ਲੜ ਰਿਹਾ ਪਰ ਨਾਮ ਇਹਨਾਂ ਦਾ ਹੋਏਗਾ। ਅਸੀਂ ਪੂਰਾ ਡਟ ਕੇ ਸਾਥ ਦੇਵਾਂਗੇ ਇਹਨਾਂ ਦਾ। ਫਤਿਹਗੜ੍ਹ ਸਾਹਿਬ ਦੀ ਸੀਟ ਜਿੱਤ ਕੇ ਪਾਰਟੀ ਝੋਲੇ ਚ ਪਾਵਾਂਗੇ। ਧੰਨਵਾਦ। ਮੈਨੂੰ ਬਹੁਤ ਖੁਸ਼ੀ ਹੋਈ ਕਿ ਅੱਜ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਬੜੇ ਬੜੇ ਮੌਕੇ ਤਾਂ ਮੈਂ ਖੁਸ਼ ਕੀਤੇ ਹੈ, ਮਗਰ ਆਹ ਅਲੱਗ ਜਿਹੜਾ ਮੈਂ ਮੌਕਾ ਸੰਭਾਲਣ ਜਾ ਰਹੀ ਹਾਂ। ਮੈਨੂੰ ਬਹੁਤ ਖੁਸ਼ੀ ਹੈ ਇਸ ਚੀਜ਼ ਦੀ ਕਿ ਮੈਨੂੰ ਇਹਨਾਂ ਨੇ ਕਿਵੇਂ ਨਵਾਜ਼ ਦਿੱਤਾ। ਔਰ ਮੇਰੇ ਅੰਦਰ ਇੱਕ ਜਜ਼ਬਾ ਆ ਕਿ ਮੈਂ ਲੋਕਾਂ ਦੀ ਸੇਵਾ ਕਰਾਂ। ਔਰ ਜਿਸ ਵਕਤ ਮੈਂ MLA ਸੀ ਉਸ ਵਕਤ ਵੀ ਮੈਨੂੰ ਇਹੀ ਰਹਿੰਦਾ ਸੀ ਕਿ ਮੈਂ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ, ਕਿਉਂਕਿ ਉਹਨਾਂ ਨੇ ਸਾਨੂੰ ਵੋਟ ਪਾ ਕੇ ਹੀ ਇਸ ਕਰਕੇ ਨਵਾਜ਼ਿਆ ਕਿ ਅਸੀਂ ਉਹਨਾਂ ਦੇ ਕੰਮ ਕਰਾਂਗੇ। ਸੋ ਮੈਂ ਕਦੀ ਵੀ ਉਹਨਾਂ ਨੂੰ ਪਿੱਠ ਨਹੀਂ ਦਿਖਾਈ ਹੈਗੀ। ਹੁਣ ਵੀ ਮੈਂ ਕਹਾਂਗੀ ਇਸ ਪਾਰਟੀ ਦੇ ਵਿੱਚ ਆ ਕੇ, ਚਾਹੇ ਮੈਂ ਕਾਂਗਰਸ ਵਿੱਚ ਸੀ ਉਸ ਟਾਈਮ ਅਸੀਂ ਉੱਥੇ ਵੀ ਹਰ ਕੰਮ ਆਪਣਾ ਵਫਾਦਾਰੀ ਨਾਲ ਕੀਤਾ। ਇਸ ਪਾਰਟੀ ਦੇ ਵਿੱਚ ਆ ਕੇ ਵੀ ਮੈਂ ਉਸੇ ਤਰ੍ਹਾਂ ਆਪਣੀ ਵਫਾਦਾਰੀ ਦੇ ਨਾਲ ਕੰਮ ਕਰਾਂਗੀ ਜਿਸ ਤਰ੍ਹਾਂ ਮੈਂ ਪਹਿਲਾਂ ਕਰਦੀ ਰਹੀ। ਜਦੋਂ ਨਵੀਂ ਪਾਰਟੀ ਬਣਦੀ ਹੈ ਉਹਦੇ ਵਿੱਚ ਫਰੋਮ ਡਿਫਰੈਂਟ ਵਾਕਸ ਆਫ ਲਾਈਫ, ਕੋਈ ਇੰਜੀਨੀਅਰ ਹੋਏਗਾ, ਕੋਈ ਡਾਕਟਰ ਹੋਏਗਾ, ਕੋਈ ਪੱਤਰਕਾਰ ਹੋਏਗਾ, ਕੋਈ ਬੈਕਗ੍ਰਾਉਂਡ ਤੋਂ ਪੋਲੀਟੀਕਲ ਫੈਮਿਲੀ ਤੋਂ ਹੋਏਗਾ, ਜੁਆਇਨ ਤਾਂ ਉਹਨਾਂ ਲੋਕਾਂ ਨੇ ਕਰਨਾ ਨਾ। ਸਾਡੀ ਜਿਹੜੀ ਆਈਡੀਓਲੋਜੀ ਸੀ ਪਾਰਟੀ ਦੀ ਉਹ ਕਿਸੇ ਪਾਰਟੀ ਦੇ ਅਗੇਂਸਟ ਨਹੀਂ ਸੀਗੀ। ਸਾਡੀ ਆਈਡੀਓਲੋਜੀ ਸੀ ਕਰਪਸ਼ਨ ਦੇ ਅਗੇਂਸਟ। ਸਾਡੀ ਆਈਡੀਓਲੋਜੀ ਸੀਗੀ ਜਿਹੜਾ ਜਿਸ ਤਰੀਕੇ ਦੇ ਨਾਲ ਪੋਲੀਟੀਕਲ ਪਾਰਟੀਆਂ, ਰਵਾਇਤੀ ਪੋਲੀਟੀਕਲ ਪਾਰਟੀਆਂ ਦੇ ਲੀਡਰ ਤੇ ਇਹਨਾਂ ਸਰਕਾਰਾਂ ਨੇ, ਇਹਨਾਂ ਪਾਰਟੀਆਂ ਨੇ ਘੋਲ ਵਾਂਗੂ ਦੇਸ਼ ਨੂੰ ਖਤਮ ਕਰ ਦਿੱਤਾ। ਸਾਡੀ ਲੜਾਈ ਉਸ ਮੂਵਮੈਂਟ ਦੇ ਵਿੱਚੋਂ ਨਿਕਲੀ ਸੀਗੀ। ਉਸ ਦੇ ਵਿੱਚ ਅੱਜ ਵੀ ਜਿੰਨੇ ਇਮਾਨਦਾਰ ਚੰਗੀ ਸੋਚ ਰੱਖਣ ਵਾਲੇ, ਸਮਾਜ ਦਾ, ਪੰਜਾਬ ਦਾ ਭਲਾ ਕਰਨ ਵਾਲੇ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਵੀ ਲੋਕ ਬੈਠੇ ਨੇ, ਸਾਡੇ ਉਹਨਾਂ ਦੇ ਲਈ ਸਾਡੇ ਦਰਵਾਜ਼ੇ ਖੁੱਲੇ ਨੇ। ਬਟ ਓਨਲੀ ਕੰਡੀਸ਼ਨ ਇਜ਼ ਦੈਟ ਦੇ ਸ਼ੁੱਡ ਹੈਵ ਅ ਕਲੀਨ ਟਰੈਕ ਰਿਕਾਰਡ, ਦੈਟਸ ਇਟ।